ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਵਾਜ਼ੀ ਕਮੇਂ ਦੇ ਦਰਸ਼ਕੋ ਇਸ ਵੇਲੇ ਅਸੀਂ ਪਿੰਡ ਸਰੀਨਾਂ ਦੇ ਵਿੱਚ ਛੇਵੇਂ ਪਾਤਸ਼ਾਹ ਸਾਹਿਬ ਦਾ ਗੁਰਦੁਆਰਾ ਉੱਤੇ ਖੜੇ ਆ ਤੇ ਸੰਗਤਾਂ ਵੀ ਨਾਲ ਹਨ ਤੇ ਸਾਡੇ ਨਾਲ ਗਿਆਨੀ ਸੁਖਪ੍ਰੀਤ ਸਿੰਘ ਜੀ ਤੇ ਹੋਰ ਬਾਕੀ ਸਿੰਘ ਖੜੇ ਆ ਉਹਨਾਂ ਤੋਂ ਆਪਾਂ ਇਸ ਇਤਿਹਾਸਕ ਇਤਿਹਾਸਕ ਸਥਾਨ ਦੀ ਬੇਰੇ ਬੇਬਾਰੇ ਪੁੱਛਦੇ ਆ ਤੇ ਜਿਹੜਾ 3 ਦਿਨ ਦਾ ਸਮਾਗਮ ਹੋਇਆ ਤੇ ਅੱਜ ਕਿੰਨੇ ਪ੍ਰਾਣੀਆਂ ਨੇ ਅੰਮ੍ਰਿਤ ਛਕਿਆ ਉਹ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਵਾਜ਼ੀ ਕੌਮ ਦੇਖ ਰਹੀ ਸਮੂਹ ਦਰਸ਼ਕਾਂ ਨੂੰ ਨਗਰ ਸਲੀਨਾ ਤੇ ਦਾਸ ਸੁਖਪ੍ਰੀਤ ਸਿੰਘ ਸਲੀਨਾ ਵੱਲੋਂ ਗੁਰਫਤ ਤੇ ਦੁਵਾਰਾ ਤੋਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਿੰਨ ਰੋਜ਼ਾ ਮਹਾਨ ਗੁਰਮਤ ਸਮਾਗਮ ਗੁਰਦੁਆਰਾ ਗੁਰੂ ਸਰਪਾਤ ਸਈ ਛੇਵੀ ਵਿਖੇ ਜੋ ਆਯੋਜਿਤ ਕੀਤਾ ਗਿਆ ਇਸ ਤਿੰਨ ਰੋਜ਼ਾ ਮਹਾਨ ਗੁਰਮਤ ਸਮਾਗਮ ਦੇ ਵਿੱਚ ਮਹਾਨ ਪ੍ਰਚਾਰਕਾਂ ਨੇ ਹਾਜ਼ਰੀਆਂ ਭਰੀਆਂ ਜੋ ਇਹ ਮਹਾਨ ਪ੍ਰਚਾਰਕ ਸਨ ਸੰਤ ਹਰਵਿੰਦਰ ਸਿੰਘ ਜੀ ਖਾਲਸਾ ਰੌਲੀ ਵਾਲੇ ਅਤੇ ਗਿਆਨੀ ਸਤਨਾਮ ਸਿੰਘ ਜੀ ਜੋਗੇਵਾਲ ਵਾਲੇ ਅਤੇ ਭਾਈ ਮਨੀ ਸਿੰਘ ਦਾ ਕਵੀਸ਼ਰੀ ਜਥਾ ਭਾਈ ਯਾਦਵਿੰਦਰ ਸਿੰਘ ਦਾ ਕਵੀਸ਼ਰੀ ਜਥਾ ਦਾਸ ਦਾ ਆਪਣਾ ਆਪ ਦਾ ਕਵੀਸ਼ਰੀ ਜਥਾ ਅਤੇ ਰਾਗੀ ਸਿੰਘ ਹਜੂਰੀ ਰਾਗੀ ਭਾਈ ਰਿਸ਼ਪਾਲ ਸਿੰਘ ਜੀ ਗੁਰਦੁਆਰਾ ਗੁਰੂ ਸਰਪਾਤਸੀ 6ਵੀਂ ਸਾਬਕਾ ਹਜੂਰੀ ਰਾਗੀ ਭਾਈ ਲਖਵਿੰਦਰ ਸਿੰਘ ਜੀ ਗੁਰਦੁਆਰਾ ਗੁਰੂ ਸਰਪਾਤਸੀ 6ਵੀਂ ਨੇ ਹਾਜ਼ਰੀਆਂ ਭਰੀਆਂ ਜੀ ਤੇ ਜਿਵੇਂ ਸਮਾਗਮ ਦੇ ਵਿੱਚ ਆ ਕਿਉਂਕਿ ਮੀਮੂ ਕਾਫੀ ਪੈਂਦੇ ਆ ਖਰਾਬੀ ਵੀ ਕਾਫੀ ਹੋਈ ਲੇਕਿਨ ਫੇਰ ਵੀ ਕਿਵੇਂ ਰਿਆਸਮਾ ਮੌਸਮ ਦਾ ਬੜਾ ਕਹਿਰ ਰਿਹਾ ਜੇ ਗੱਲ ਕਰੀਏ ਇੰਟਰਨੈਟ ਦੀ ਤਾਂ ਤਿੰਨੇ ਦਿਨ ਇਹ ਇੰਟਰਨੈਟ ਤੇ ਮੀਂਹ ਦਾ 85% ਜੋ ਚਾਂਸ ਸੀਗੇ ਪਹਿਲੇ ਦਿਨ ਮੀਂਹ ਪਿਆ ਜੋ ਚਾਨਣੀਆਂ ਟੈਂਟ ਆਰਗੇਨਾਈਜ਼ ਕੀਤਾ ਗਿਆ ਸੀ ਸਾਰਾ ਤੇ ਬੜਾ ਮਤਲਬ ਕਿ ਅਤਿਆਚਾਰ ਕਹਿਰ ਜੋ ਮੌਸਮ ਦਾ ਸੀਗਾ ਪਰ ਤਿਆਰੀਆਂ ਕੀਤੀਆਂ ਵਿੱਚ ਹੀ ਰਹਿ ਗਈਆਂ ਫਿਰ ਭਾਈ ਸਾਹਿਬ ਜੀ ਵੀ ਗੁਰਦੁਆਰਾ ਗੁਰੂ ਸਰਪਤ ਸਈ ਛਵੀਂ ਪ੍ਰਧਾਨ ਸਾਹਿਬਾ ਨਾਲ ਗੱਲ ਕਰਕੇ ਕਮੇਟੀ ਨਾਲ ਤੇ ਫਿਰ ਜੋ ਸਮਾਗਮ ਸੀਗਾ ਆਵਾਜ਼ੀ ਕੌਮ ਦੇ ਨਾਲ ਆਪਾਂ ਇੱਥੇ ਚਲਾਇਆ ਪਹਿਲੇ ਦਿਨ ਦੂਸਰੇ ਦਿਨ ਫਿਰ ਆਪਾਂ ਤਿਆਰੀ ਕਰਕੇ ਦੂਸਰੇ ਦਿਨ ਕਹਿੰਦੇ ਮੀਂਹ ਦੇ ਚਾਂਸ ਘਟਾ ਹੈ ਫਿਰ ਆਪਾਂ ਉਹ ਆਪਣੇ ਨਗਰ ਦੇ ਵਿੱਚ ਡਿਪੂ ਵਾਲੀ ਧਰਮਸ਼ਾਲਾ ਵਰਤੀ ਹੈ ਪੱਕੀ ਵਧੀਆ ਧਰਮਸ਼ਾਲਾ ਬਣੀ ਆ ਉੱਥੇ ਟੈਂਟ ਲਗਾ ਕਰਕੇ ਵਧੀਆ ਸਜਾਵਟ ਕਰਕੇ ਆਪਾਂ ਉੱਥੇ ਦੂਜੇ ਦਿਨ ਦਾ ਸਮਾਗਮ ਕੀਤਾ ਜਿਸ ਵਿੱਚ ਇਲਾਕਾ ਦੇ ਨੀੜਲੀ ਨਗਰ ਜਿਵੇਂ ਨਿਧਾਂ ਵਾਲਾ ਨਗਰ ਹੋ ਗਿਆ ਦੌਲਤਪੁਰਾ ਸੱਦੇ ਵਾਲਾ ਚੂੜਚੱਕ ਅਟਾਰੀ ਵਰਗੇ ਨਗਰਾਂ ਦੀਆਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਤੇ ਤੀਸਰੇ ਦਿਨ ਫਿਰ ਮੌਸਮ ਦਾ ਬੜਾ ਅਤਿਆਚਾਰ ਕਰ ਰਿਹਾ ਜਿਵੇਂ ਕਹਿ ਲੀਏ ਵੀ ਸਾਰੀਆਂ ਤਿਆਰੀਆਂ ਹੋ ਗਈਆਂ ਹੁਕਮਨਾਮੇ ਤੋਂ ਬਾਅਦ ਗੁਰੂ ਸਾਹਿਬ ਜੀ ਦੇ ਆਉਣ ਤੋਂ ਬਾਅਦ ਜੋ ਮਤਲਬ ਕਿ ਰਹਿਰਾਸ ਦੀ ਸ਼ੁਰੂਆਤ ਹੋ ਚੁੱਕੀ ਸੀਗੀ ਜਦੋਂ ਕਿ ਬੜਾ ਜ਼ੋਰ ਨਾਲ ਮੀਂਹ ਸ਼ੁਰੂ ਹੋ ਗਿਆ ਫਿਰ ਮੌਸਮ ਦੇ ਕਹਿਰ ਕਰਕੇ ਜੋ ਸਮਾਗਮ ਕੈਨਸਲ ਕਰਨਾ ਪਿਆ ਅੱਜ ਚੌਥੇ ਦਿਨ ਤੇ ਸਮਾਗਮ ਜੋ ਅਮਰਤ ਸੰਚਾਰ ਸੀ ਜਿਸ ਵਿੱਚ 17 ਪ੍ਰਾਣੀਆਂ ਨੇ ਅਮਰਤ ਦੀ ਦਾਤ ਲਈ ਗੁਰੂ ਕੇ ਸਕੂਲ ਦੇ ਵਿੱਚ ਦਾਖਲਾ ਲਿਆ ਸੋ ਅੱਜ ਚੌਥੇ ਦਿਨ ਅਮਰਤ ਸੰਚਾਰ ਦੇ ਨਾਲ ਸਿੱਖੀ ਦੇ ਝਾੜ ਦੇ ਨਾਲ ਇਹ ਸਮਾਗਮ ਦੀ ਸਮਾਪਤੀ ਹੋਈ ਤੇ ਜਿੱਥੇ ਆਪਾਂ ਗੱਲ ਕੀਤੀ ਇੱਥੋਂ ਦੇ ਇੱਕ ਵਿਚਰੀ ਜਥੇ ਨੇ ਇੱਥੋਂ ਪਿੱਛੇ ਆਪਣੇ ਬੋਲਡ ਵੀ ਲੱਗਾ ਹੋਇਆ ਗਿਆਨੀ ਗਰਮੀਤ ਸਿੰਘ ਜੀ ਜਿਹੜੇ ਜੁਕੇ ਵਾਲੇ ਆ ਤੇ ਉਹਨਾਂ ਦਾ ਵੀ ਸਹਿਯੋਗ ਉਹਨਾਂ ਦਾ ਹੀ ਸਾਨੂੰ ਹੁਕਮ ਹੋਇਆ ਸੀ ਕਿ ਤੁਸੀਂ ਪਿੰਡ ਥੱਲੇ ਨਾ ਪਹੁੰਚੋ ਤੇ ਪ੍ਰੋਗਰਾਮ ਲਾਈਵ ਕਰੋ ਸੋ ਅਸੀਂ ਆਪਣੀ ਪੂਰੀ ਕੋਸ਼ਿਸ਼ ਕੀਤੀ ਆ ਉਹਨਾਂ ਬਾਰੇ ਵੀ ਕੁਝ ਕਹਿਣਾ ਚਾਹੋਗੇ ਗਿਆਨੀ ਜੀ ਹਾਂਜੀ ਹਾਂਜੀ ਜਿਵੇਂ ਕਹਿ ਲਈ ਆਪਾਂ ਵੀ ਗੁਰੂ ਸਾਹਿਬਾਂ ਦੇ ਵੇਲੇ ਤੋਂ ਹੀ ਆਪਣੇ ਸਿੱਖ ਦਾ ਫਰਜ਼ ਆ ਵੀ ਆਪਣੀ ਕਮਾਈ ਦੇ ਵਿੱਚੋਂ ਦਸਵੰਧ ਕੱਢਣਾ ਸੋ ਗੁਰੂ ਸਾਹਿਬ ਜੀ ਦੀ ਬੜੀ ಅಪਾਰ ਕਿਰਪਾ ਭਾਈ ਗੁਰਮੀਤ ਸਿੰਘ ਜੀ ਤੇ ਜੋ ਨਗਰ ਸਲੀਣਾ ਦੇ ਨਿਵਾਸੀ ਨੇ ਵੱਡੇ ਭਾਗਾਂ ਵਾਲਾ ਸਾਡਾ ਨਗਰ ਜਿੱਥੇ ਅਜਹੀ ਸਿੱਖ ਪੈਦਾ ਹੁੰਦੇ ਨੇ ਸੋ ਉਹਨਾਂ ਦਾ ਬੜਾ ਅਹਿਮ ਰੋਲ ਰਹਿੰਦਾ ਹਰੇਕ ਸਮਾਗਮ ਦੇ ਵਿੱਚ ਭਾਵੇਂ ਉਹ ਨਗਰ ਸਲੀਣਾ ਦੇ ਵਿੱਚ ਹੋਵੇ ਭਾਵੇਂ ਉਹ ਆਲਵਰਡ ਕਿਸੇ ਦੇਸ਼ ਦੇ ਵਿੱਚ ਹੋਵੇ ਉਹ ਆਪਣੀ ਕਮਾਈ ਦਾ ਦਸਵੰਦ ਕੱਢਦੇ ਨੇ ਦਸਵੰਦ ਕੱਢ ਕੇ ਉਹ ਆਪਣੀ ਕਮਾਈ ਨੂੰ ਜਿਵੇਂ ਸ਼ਸਤਰਾਂ ਦੀ ਸੇਵਾ ਹੋ ਗਈ ਆਪਣੇ ਵੱਲੋਂ ਜਿਸ ਜਿਵੇਂ ਪੰਜ ਪੈਰ ਸਹਿਬਾਨਾਂ ਨੂੰ ਸਦਾ ਪੱਤਰ ਹੋ ਗਏ ਬੜਾ ਚਾਹ ਦੇ ਨਾਲ ਸਾਰਾ ਸਮਾਗਮ ਕਰਦੇ ਨੇ ਬੜਾ ਅਹਿਮ ਰੋਲ ਹੈ ਜਿਵੇਂ ਕਹਿ ਲਈਏ ਵੀ ਕਵੀਸ਼ਰੀ ਜੱਥੇ ਸੋ ਅਹਿਮ ਰੋਲ ਹੈ ਗੱਤਗਾ ਪਾਰਟੀ ਵੀ ਨਗਰ ਸਿਲੀਨਾ ਦੇ ਵਿੱਚ ਬਣੀ ਵੀ ਹੈ ਸਿੰਘ ਬੜੇ ਸਤਕਾਰ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਹੈ ਜਿਸ ਵਕਤ ਘਟੋ ਘਟ 15 ਸਿੰਘ ਨੇ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਆਉਣ ਤੇ ਜਦੋਂ ਕਿਸੇ ਘਰ ਗੁਰੂ ਸਾਹਿਬ ਜੀ ਨੇ ਜਾਣਾ ਹੋਵੇ ਤਾਂ ਬੌਕਰਾਂ ਦੇ ਨਾਲ ਗੰਦਗੀ ਸਫਾਈ ਕਰਦੇ ਨੇ ਕਲੀ ਪਾਉਂਦੇ ਨੇ ਬੜੇ ਸਤਕਾਰ ਦੇ ਨਾਲ ਗੁਰੂ ਸਾਹਿਬਾਂ ਨੂੰ ਲੈ ਕੇ ਆਉਂਦੇ ਨੇ ਤੇ ਕਵੀਸ਼ਰੀ ਜਥਾ ਭਾਈ ਮਨੀ ਸਿੰਘ ਸਾਡਾ ਆਪਣਾ ਕਵੀਸ਼ਰੀ ਜਥਾ ਭਾਈ ਆਤਵਿੰਦਰ ਸਿੰਘ ਦੋ ਕਵੀਸ਼ਰੀ ਜਥੇ ਨਗਰਸਲੀਣਾ ਦੇ ਨੇ ਤੇ ਰਾਗੀ ਵੀ ਬਥੇਰੇ ਬਣ ਚੁੱਕੇ ਨੇ ਗੁਰੂ ਸਾਹਿਬ ਦੀ ਬੜੀ ਕਿਰਪਾ ਨਗਰਸਲੀਣਾ ਤੇ ਤੇ ਭਾਈ ਗੁਰਮੀਤ ਸਿੰਘ ਜੀ ਦਾ ਇਸ ਦੇ ਵਿੱਚ ਐਮ ਰੋਲ ਹੈ ਜੀ ਸੁਖਪ੍ਰੀਤ ਸਿੰਘ ਇਹ ਜਿਹੜਾ ਇਤਿਹਾਸਕ ਸਥਾਨ ਆ ਹਾਂ ਜੀ ਤੇ ਕੀ ਹੈ ਇਹਦਾ ਇਤਿਹਾਸ ਇਹ ਭਾਈ ਸਾਹਿਬ ਜੀ ਜਦੋਂ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ ਉਹਨਾਂ ਦੇ ਉਹਨਾਂ ਦੇ ਮਹਿਲ ਮਾਤਾ ਦਮੋਦਰੀ ਜੀ ਇਥੇ ਨਗਰ ਡਰੋਲੀ ਵਸਾਇਆ ਗੁਰੂ ਸਾਹਿਬ ਜੀ 6 ਮਹੀਨੇ ਰਹੇ ਸੋ ਗੁਰੂ ਸਾਹਿਬ ਜੀ ਪ੍ਰਚਾਰ ਪ੍ਰਸਾਰ ਕਰਦੇ ਹੋਏ ਇਹ ਰਸਤੇ ਤੇ ਆ ਰਹੇ ਸੀ ਜੋ ਆਪਾਂ ਨੂੰ ਆਪਾਂ ਸਥਿਤਾਂ ਜਿੱਥੇ ਤਾਂ ਗੁਰੂ ਸਾਹਿਬ ਜੀ ਨੇ ਇੱਥੇ ਬੌਲੀ ਸਾਹਿਬ ਬਣੇ ਹੋਇਆ ਉਸ ਵੇਲੇ ਦਾ ਖੂਹ ਜੋ ਅੱਜ ਬੌਲੀ ਸਾਹਿਬ ਦੇ ਨਾਂ ਦੇ ਨਾਲ ਆਪਾਂ ਪ੍ਰਸਿੱਧ ਹੈ ਸੋ ਉੱਥੇ ਗੁਰੂ ਸਾਹਿਬ ਜੀ ਨੇ ਆ ਵਾਣੇ ਬਣਦੇ ਨਾਲ ਗੁਰੂ ਸਾਹਿਬ ਜੀ ਨੇ ਕੋੜਾ ਬੰਨਿਆ ਕੋੜਾ ਬੰਨ ਕੇ ਗੁਰੂ ਸਾਹਿਬ ਜੀ ਨੇ ਬੌਲੀ ਦੇ ਵਿੱਚੋਂ ਜਲ ਛਕਿਆ ਜਲ ਛਕ ਕੇ ਗੁਰੂ ਸਾਹਿਬ ਜੀ ਨੇ ਇੱਥੇ ਮਤਲਬ ਕਿ ਆਰਾਮ ਫਰਮਾਇਆ ਸੋ ਉਸ ਸਥਾਨ ਤੋਂ ਇਤਿਹਾਸਕ ਸਥਾਨ ਸਤਿ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬੜੀ ਮਰਿਆਦਾ ਦੇ ਨਾਲ ਸਾਡੀ ਸਮੂਹ ਪ੍ਰਬੰਧਕ ਕਮੇਟੀ ਇਹਨੂੰ ਬਲੰਦੀਆਂ ਦੇ ਵਿੱਚ ਚਾਉਣ ਦੀ ਸੇਵਾ ਕਰ ਰਹੀ ਹੈ ਜੀ ਤੇ ਤੁਸੀਂ ਬਾਹਰ ਬਦੇਸ਼ਾਂ ਦੇ ਵਿੱਚ ਵੀ ਜਿਹੜੀ ਤੁਹਾਡੀ ਆਵਾਜ਼ ਹੈ ਵਾਜ ਗੁਰ ਰਹੀਂ ਸੁਣ ਰਹੇ ਆ ਕੀ ਕਹਿਣਾ ਚਾਹੁੰਦੇ ਆ ਸਿੱਖੀ ਦੇ ਸਬੰਧ ਦੇ ਵਿੱਚ ਕੀ ਸੁਨੇਹਾ ਦੇਣਾ ਸੁਨੇਹਾ ਅੱਜ ਦਾ ਇਹੀ ਹੈ ਵੀ ਅੱਜ ਦਾ ਸਿੱਖ ਭਟਕ ਚੁੱਕਾ ਹੈ ਅੱਜ ਦਾ ਸਿੱਖ ਜਦੋਂ ਦੁੱਖ ਹੋਵੇ ਸੁੱਖ ਹੋਵੇ ਉਦੋਂ ਗੁਰੂ ਗ੍ਰੰਥ ਸਾਹਿਬ ਨੂੰ ਯਾਦ ਕਰ ਰਿਹਾ ਖਾਸ ਕਰਕੇ ਪੰਜਾਬ ਜਦੋਂ ਕੋਈ ਵਿਆਹ ਸ਼ਾਦੀ ਹੋਵੇ ਉਦੋਂ ਲਾਵਾ ਲੈਣ ਵਾਸਤੇ ਆਪਾਂ ਨੂੰ ਗੁਰਦੁਆਰਾ ਯਾਦ ਆਉਂਦਾ ਹੈ ਅੱਜ ਦਾ ਸਮਾਂ ਪ੍ਰੈਜ਼ੈਂਟ ਵਾਟ ਇਜ਼ ਡੂਇੰਗ ਨਾਓ ਇਨ ਥੀਸ ਡੇਸ ਅੱਜਕੱਲ ਕੀ ਹੋ ਰਿਹਾ ਵੀ ਅੱਜ ਦਾ ਸਿੱਖ ਜਦੋਂ ਕਿਤੇ ਵੀ ਕੋਈ ਵਿਆਹ ਹੋਵੇ ਉਦੋਂ ਗੁਰੂ ਸਾਹਿਬ ਦੀ ਯਾਦ ਮਰਗ ਹੋ ਜਾਵੇ ਹੁਣ ਐਕਸਾਈਜ ਪਾਟਰ ਖਾਣਾ ਉਦੋਂ ਗੁਰੂ ਸਾਹਿਬ ਜੀ ਦੀ ਯਾਦ ਸੁਖ ਵੇਲੇ ਆਮ ਜਿਹੜੇ ਦਿਨ ਹੁੰਦੇ ਆਪਾਂ ਪਟਕ ਚੁੱਕੇ ਆ ਆਪਾਂ ਅੱਜ ਕੱਲ ਦੇ ਸਿਆਣੇ ਪੂਪਿਆਂ ਦੇ ਮਗਰ ਲੱਗੇ ਹੋਏ ਆ ਸੋ ਤਾਂ ਹੀ ਭਾਈ ਗੁਰਮੀਤ ਸਿੰਘ ਜੀ ਨੇ ਗੱਲ ਕੀਤੀ ਵੀ ਕਿਉਂ ਨਾ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਦੇ ਲਈ ਨਗਰ ਦੇ ਵਿੱਚ ਕੋਈ ਉਪਰਾਲਾ ਕੀਤਾ ਜਾਵੇ ਜਿਸ ਦੇ ਵਿੱਚ ਆਵਾਜ਼ੇ ਕੌਮ ਟੀਵੀ ਭਾਈ ਸਾਹਿਬ ਜੀ ਰੁਗਵੀਰ ਸਿੰਘ ਜੀ ਆਪ ਜੀ ਦਾ ਬੜਾ ਐਮ ਰੋਲ ਰਿਹਾ ਆਪ ਜੀ ਨੇ ਸਾਡੇ ਨਗਰ ਦੀ ਆਵਾਜ਼ ਨੂੰ ਆਲ ਵਰਡ ਦੇ YouTube Facebook ਦੇ ਰਾਈ ਵੈਬ ਚੈਨਲ ਦੇ ਰਾਈ ਪਹੁੰਚਾਇਆ ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਆਸ ਕਰਦੇ ਆ ਕਿ ਹੂਰਨਗਰ ਵੀ ਇਸੇ ਪ੍ਰਕਾਰ ਦੇ ਸਮਾਗਮ ਕਰਾਉਂਦੇ ਰਹਿਣਗੇ ਗੁਰੂ ਸਾਹਿਬ ਜੀ ਦਾ ਜਿਸ ਦੇ ਵਿੱਚ ਵੱਧ ਤੋਂ ਵੱਧ ਸਤਕਾਰ ਹੋਵੇ ਤੇ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਹੋਵੇ ਜੀ ਬਹੁਤ ਬਹੁਤ ਧੰਨਵਾਦ ਜੀ ਤੇ ਦਰਸ਼ਕੋ ਸਾਡੇ ਨਾਲ ਹੀ ਇੰਟਰਨੈਸ਼ਨਲ ਪੰਥਕ ਦਲ ਦੇ ਪ੍ਰਚਾਰਕ ਦਮਦਮੀ ਟਕਸਾਲ ਨਾਲ ਸੰਬੰਧਿਤ ਗਿਆਨੀ ਰਾਜਪਾਲ ਸਿੰਘ ਵੀ ਅੱਜ ਇੱਥੇ ਆਏ ਹੋਏ ਹਨ ਆਪਾਂ ਉਹਨਾਂ ਦੇ ਵੀ ਵਿਚਾਰ ਲੈਣੇ ਗਿਆਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਇਤਿਹਾਸਕ ਸਥਾਨ ਤੇ ਖੜੇ ਆ ਤੁਸੀਂ ਵੀ ਆਪਣੇ ਵੱਲੋਂ ਜੋ ਸੁਖਪ੍ਰੀਤ ਸਿੰਘ ਹੁਣਾਂ ਨੇ ਦੱਸਿਆ ਕਿ ਅੱਜ 17 ਪੁਰਾਣੀ ਜਹਾਜ਼ ਤੇ ਚੜ੍ਹੇ ਆ ਜੀ ਜੀ ਤੇ ਭਾਵੇਂ ਆਪਾਂ ਇਹ ਕਹ ਲਈਏ ਵੀ ਇੱਕ ਵੀ ਪੁਰਾਣੀ ਜਹਾਜ਼ ਤੇ ਚੜ੍ਹ ਜਾਏ ਮਨੁੱਖੀ ਜੀਵਨ ਨੂੰ ਸਫਲਾ ਕਰ ਲਵੇ ਤੇ ਬਹੁਤ ਭਾਗਾਂ ਵਾਲਾ ਹੁੰਦਾ ਕੀ ਤੁਸੀਂ ਕੀ ਕਹਿਣਾ ਚਾਹੋਗੇ ਸਮੂਹ ਸੰਗਤਾਂ ਨੂੰ ਇੱਕ ਵਾਰ ਫੇਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਵਾਜ਼ੇ ਕੌਮ ਟੀਵੀ ਦੇ ذریعے ਜਿੰਨੇ ਵੀ ਦਰਸ਼ਕ ਇਸ ਸਾਰੀ ਵਿਚਾਰ ਨੂੰ ਸਰਵਣ ਕਰ ਰਹੇ ਆ ਜਾਂ ਇਸ ਗੁਰਮਤ ਸੰਬਾਗ ਬਾਰੇ ਆਪ ਜੀ ਨੂੰ ਭਾਈ ਸੁਖਪ੍ਰੀਤ ਸਿੰਘ ਹੋਣਾ ਨੇ ਜਾਣਕਾਰੀ ਦਿੱਤੀ ਹੈ ਕਿ ਕਿਵੇਂ ਪਿਛਲੇ ਤਿੰਨ ਦਿਨਾਂ ਤੋਂ ਵੱਖ-ਵੱਖ ਰਾਗੀ ਸਿੰਘ ਢਾਡੀ ਸਿੰਘ ਪ੍ਰਚਾਰਕ ਤੇ ਹੋਰ ਗੁਰਮਤ ਦੇ ਸੁਨੇਹਾ ਦੇਣ ਵਾਲੇ ਗੁਰਸਿੱਖ ਪਿਆਰਿਆਂ ਨੇ ਇੱਕ ਸੁਨੇਹਾ ਦਿੱਤਾ ਜੀ ਦਾ ਨਿਚੋੜ ਕਹ ਲਈਏ ਇਹ ਚੌਥੇ ਦਿਨ ਸੰਗਤ ਦੇ ਸਾਹਮਣੇ ਆਇਆ ਜਿਦਾ ਆਪਾਂ ਫਸਲ ਬੀਜਦੇ ਆਂ ਤੇ ਉਹਦਾ ਝਾੜ ਆਪਾਂ ਬਾਅਦ ਵਿੱਚ ਲੈਣੇ ਆ। ਇਸੇ ਤਰ੍ਹਾਂ ਗੁਰਮਤਿ ਪ੍ਰਚਾਰ ਦਾ ਜਿਹੜਾ ਇੱਕ ਉਦੇਸ਼ ਮਿਤਕੇ ਇਹਨਾਂ ਗੁਰਮੁਖ ਪਿਆਰਿਆਂ ਨੇ ਸਮਾਗਮ ਕਰਵਾਇਆ। ਔਰ ਚੌਥੇ ਦਿਨ ਇਹ ਅਮਰ ਸੰਚਾਰ ਦੇ ਰੂਪ ਦੇ ਵਿੱਚ ਆਪਣੇ ਸਾਹਮਣੇ ਆਇਆ। ਜਿਦੇ ਵਿੱਚ 17 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ। ਸਤਗੁਰੂ ਕਾ ਜਨਮ ਹੈ ਗਵਨ ਮਟਾਇਆ ਹੈ। ਸੋ ਮੈਂ ਆਪਣੇ ਵੱਲੋਂ ਔਰ ਜਥੇਬੰਦੀ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਸਮੂਹ ਉਹਨਾਂ ਗੁਰੂ ਪਿਆਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹੈ ਜਿਨ੍ਹਾਂ ਨੇ ਅੱਜ ਅੰਮ੍ਰਿਤ ਪਾਨ ਕਰਕੇ ਗੁਰੂ ਵਾਲੇ ਬਣੇ ਆਂ ਔਰ ਗੁਰੂ ਕੇ ਲੜ ਲੱਗੇ ਆ ਸੋ ਸਮੁੱਚੀ ਸੰਗਤ ਨੂੰ ਬੇਨਤੀ ਕਰਦਾ ਹੈ ਕਿ ਜਿਵੇਂ ਅੱਜ ਸਤਗੁਰਾਂ ਦੇ ਇਸ ਪਾਵਨ ਸਥਾਨ ਦੇ ਉੱਤੇ ਛੇਵੇਂ ਪਾਤਸ਼ਾਹ ਜੀ ਦੀ ਬਖਸ਼ਿਸ਼ ਨੂੰ ਇਹਨਾਂ ਗੁਰਮਖਾਂ ਨੇ ਪ੍ਰਾਪਤ ਕੀਤਾ ਜਿਹੜੇ ਹਾਲੇ ਤੱਕ ਗੁਰੂ ਲੜ ਨਹੀਂ ਲੱਗੇ ਨਸ਼ੇ ਕਰਦੇ ਆ ਜਾਂ ਪਤਿਤ ਪੁਣੇ ਵੱਲ ਜਿਹੜੇ ਜਾ ਰਹੇ ਆ ਕਿਸੇ ਵੀ ਤਰੀਕੇ ਜਾਣੇ ਜਾਣ ਜਾਣੇ ਉਹ ਸਾਰੇ ਸਾਰਿਆਂ ਨੂੰ ਹੀ ਗੁਰੂ ਕੀ ਬਾਣੀ ਤੋਂ ਸੇਧ ਲੈ ਕੇ ਗੁਰਮਤ ਦੇ ਪ੍ਰਚਾਰਕਾਂ ਦੇ ਪ੍ਰਚਾਰ ਤੋਂ ਸੇਧ ਲੈਂਦਿਆਂ ਹੋਇਆਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੇ ਨਾਲ ਜੁੜਨਾ ਚਾਹੀਦਾ ਹੈ ਔਰ ਸਾਡਾ ਜੋ ਸਿੱਖ ਵਿਰਸਾ ਹੈ ਜੀ ਇਹ ਤੋਂ ਅਸੀਂ ਅੱਜ ਕੋਹਾਂ ਦੂਰ ਹੁੰਦੇ ਜਾ ਰਹੇ ਹਾਂ ਸੋ ਉਹਦੇ ਨਾਲ ਜੁੜਨ ਦੇ ਲਈ ਹਰ ਸੋਹਿਰ ਦੇ ਯਾਤਨ ਜਿਹੜਾ ਵੀ ਗੁਰਸਿੱਖ ਪਿਆਰਾ ਕਰਦਾ ਉਹਨਾਂ ਦਾ ਮੋਢੇ ਨਾਲ ਮੋਢਾ ਜੋੜ ਕੇ ਭਰਪੂਰ ਸਹਿਯੋਗ ਦੇਣਾ ਚਾਹੀਦਾ ਸਾਥ ਦੇਣਾ ਚਾਹੀਦਾ ਹੈ ਬਾਬਾ ਤਾਨਵਾਜੀ ਦਰਸ਼ਕੋ ਮੈਂ ਆਪਣੇ ਵੱਲੋਂ ਵੀ ਗਿਆਨੀ ਗਰਮੀ ਸਿੰਘ ਜੀ ਹੁਣਾਂ ਬਾਰੇ ਕੁਝ ਦੱਸਣਾ ਚਾਹੁੰਦਾ ਆ ਕਿ ਉਹਨਾਂ ਨੇ ਵਿਦੇਸ਼ਾਂ ਦੇ ਵਿੱਚ ਭਾਵੇਂ ਉਹ ਕੈਨੇਡਾ ਦੇ ਵਿੱਚ ਸਨ ਜਾਂ ਹੁਣ ਅੱਜ ਕੱਲ ਇੰਗਲੈਂਡ ਦੇ ਵਿੱਚ ਆ ਉਹਨਾਂ ਦੇ ਬੱਚੇ ਤੇ ਉਹ ਖੁਦ ਤੇ ਜੋਰਪ ਦੇ ਵਿੱਚ ਕਿਤੇ ਵੀ ਅਮਰਤ ਸੰਚਾਰ ਦੀ ਲਹਿਰ ਹੋਵੇ ਉਹਨਾਂ ਨੇ ਜਥਾ ਬਣਾਇਆ ਹੋਇਆ ਅਮਰਤ ਸੰਚਾਰ ਦਾ ਤੇ ਉਹਨਾਂ ਦਾ ਹਰ ਵੇਲੇ ਹੋਏ ਇਹ ਹੀ ਹੁੰਦਾ ਕਿ ਅਮਰਤ ਗੁਰ ਤੇ ਪਾਇਆ ਇਹ ਲਹਿਰ ਵੀ ਚਲਾਈ ਉੱਥੇ ਚੈਨਲਾਂ ਦੇ ਉੱਪਰ ਵੀ ਜਿਹੜੇ ਅਸੀਂ ਇਕੱਠੇ ਵੀ ਬਹੁਤ ਪ੍ਰੋਗਰਾਮ ਕੀਤੇ ਆ ਤੇ ਉਹਨਾਂ ਦੀ ਇਹ ਹੀ ਸੋਚ ਹੁੰਦੀ ਆ ਬਈ ਕਿਤੇ ਵੀ ਕੋਈ ਉਹਨੂੰ ਉਹਨਾਂ ਨੂੰ ਵਿਅਕਤੀ ਮਿਲ ਜਾਂਦਾ ਉਹਨਾਂ ਨੇ ਉਹਨੂੰ ਜ਼ਰੂਰ ਕਹਿਣਾ ਬਈ ਦਾੜੀ ਕੇਸ ਰੱਖ ਲੈ ਦਾੜੀ ਕੇਸ ਰੱਖ ਲੈ ਤੇ ਉਹਨਾਂ ਕਹਿੰਦੇ ਅਮਰਤ ਸ਼ਖਲਾ ਹਰ ਬਲੇ ਪ੍ਰੇਰਨਾ ਕਰਦੇ ਆ ਸੋ ਆ ਉਹਨਾਂ ਦਾ ਨਗਰ ਆ ਜਿੱਥੇ ਆਪਾਂ ਖੜੇ ਆ ਸੋ ਮੈਂ ਆਪਣੇ ਵੱਲੋਂ ਵੀ ਇਹੀ ਕਹਾਂਗਾ ਕਿ ਗਿਆਨੀ ਜੀ ਉਹਨਾਂ ਨੂੰ ਪਰਮਾਤਮਾ ਹੋਰ ਚੜ੍ਹਦੀ ਕਲਾ ਬਖਸ਼ੇ ਇਸ ਪਿੰਡ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਅਸੀਂ ਇੱਥੇ ਹੀ ਤੁਹਾਡੇ ਤੋਂ ਖਿਮਾਂ ਦੇ ਜਾਜਕਾਂ ਫਤੇ ਬੁਲਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ